ਅਸਲਾਮ ਵਾਲੇਕੁਮ ਗਾਈਸ, ਅੱਜ ਵਾਲੀ ਵੀਡੀਓ ਸਾਡੀ ਹੈ ਵਾਈਟਨਿੰਗ ਦੇ ਫਾਰਮੂਲੇ ਤੇ। ਬੜੀ ਆਊਟ ਕਲਾਸ ਵੀਡੀਓ ਲੈ ਕੇ ਆਏ, ਸਿਆਹ ਰੰਗ ਨੂੰ ਗੋਰਾ ਚਿੱਟਾ ਕਰਨ ਵਾਸਤੇ, ਕਾਲੇ ਤੋਂ ਕਾਲੇ ਰੰਗ ਨੂੰ ਗੋਰਾ ਕਰਨ ਦਾ ਬੜਾ ਹੀ ਜ਼ਬਰਦਸਤ ਫਾਰਮੂਲਾ ਲੈ ਕੇ ਆਏ। ਅੱਜ ਵਾਲੀ ਵੀਡੀਓ ਸਾਡੀ ਹੈ ਰਿਵਾਜ ਯੂਕੇ ਸਨ ਬਲਾਕ ਤੇ, ਚਿਹਰੇ ਦੀ ਬਾਡੀ ਦੀ ਵਾਈਟਨਿੰਗ ਬ੍ਰਾਈਟਨਿੰਗ ਚ ਇਜ਼ਾਫਾ ਕਰਨ ਵਾਸਤੇ, ਫੇਸ ਤੇ ਮੌਜੂਦ ਡਾਰਕ ਸਪੋਟ ਨੂੰ ਰਿਮੂਵ ਕਰਨ ਵਾਸਤੇ, ਫੇਸ ਦੀ ਡਾਰਕਨੈਸ ਨੂੰ ਰਿਮੂਵ ਕਰਨ ਵਾਸਤੇ, ਬਾਡੀ ਦੀ ਵਾਈਟਨਿੰਗ ਬ੍ਰਾਈਟਨਿੰਗ ਚ ਇਜ਼ਾਫਾ ਕਰਨ ਵਾਸਤੇ, ਆਪਣੇ ਜਿਸਮ ਨੂੰ ਸਮੂਥ ਕਰਨ ਵਾਸਤੇ ਬੜੀ ਆਊਟ ਕਲਾਸ ਚੀਜ਼ ਲੈ ਕੇ ਰਿਵਾਜ ਯੂਕੇ ਦਾ ਸਨ ਬਲਾਕ। ਵੀਡੀਓ ਚ ਅੱਗੇ ਤੁਹਾਨੂੰ ਮੁਕੰਮਲ ਡਿਟੇਲ ਨਾਲ ਇਸਦਾ ਰਿਵਿਊ ਦਵਾਂਗੇ, ਤੁਸੀਂ ਇਸ ਸਨ ਬਲਾਕ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਕੇ ਆਪਣੇ ਬੋਡੀ ਫੇਸ ਦੇ ਕਿਸੇ ਵੀ ਹਿੱਸੇ ਦੀ ਵਾਈਟਨਿੰਗ ਬ੍ਰਾਈਟਨਿੰਗ ਚ ਇਜ਼ਾਫਾ ਕਰ ਸਕਦੇ ਹੋ, ਖਾਸ ਤੌਰ ਤੇ ਫੇਸ ਨੂੰ ਕਿਸ ਤਰ੍ਹਾਂ ਤੁਸੀਂ ਗੋਰਾ ਚਿੱਟਾ ਬਣਾ ਸਕਦੇ ਹੋ, ਆਪਣੇ ਫੇਸ ਤੇ ਮੌਜੂਦ ਡਾਰਕ ਸਪੋਟ ਨੂੰ ਕਿਸ ਤਰ੍ਹਾਂ ਰਿਮੂਵ ਕਰ ਸਕਦੇ ਹੋ, ਏਜਿੰਗ ਰਿੰਕਲ ਨੂੰ ਰਿਮੂਵ ਕਰਨ ਵਾਸਤੇ ਵੀ ਬੜੀ ਹੀ ਆਊਟ ਕਲਾਸ ਚੀਜ਼ ਆ। ਵੀਡੀਓ ਚ ਅੱਗੇ ਵਧਣ ਤੋਂ ਪਹਿਲੇ ਜਿਹੜਾ ਸਿਸਟਰ ਭਾਈ ਮੇਰੇ ਚੈਨਲ ਦਾ ਨਵਾਂ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦੇ ਨਿਸ਼ਾਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਸਕਣ। ਗਾਈਸ, ਅੱਜ ਵਾਲੀ ਵੀਡੀਓ ਸਾਡੀ ਹੈ ਰਿਵਾਜ ਯੂਕੇ ਸਨ ਬਲਾਕ ਤੇ, ਇਸ ਪੈਕਿੰਗ ਵਿੱਚ ਤੁਹਾਨੂੰ ਮਿਲ ਜਾਏਗਾ ਰਿਵਾਜ ਯੂਕੇ ਸਨ ਬਲਾਕ। ਇਹ ਦੇਖੋ, ਇਹਦੇ ਉੱਪਰ ਉਹਨਾਂ ਨੇ ਜਿਹੜਾ ਮੈਂਸ਼ਨ ਕੀਤਾ ਹੋਇਆ ਡਾਰਕਨੈਸ ਨੂੰ ਰਿਮੂਵ ਕਰਨ ਵਾਸਤੇ, ਡਾਰਕ ਸਪੋਟ ਨੂੰ ਰਿਮੂਵ ਕਰਨ ਵਾਸਤੇ, ਚਿਹਰੇ ਦੀ ਵਾਈਟਨਿੰਗ ਬ੍ਰਾਈਟਨਿੰਗ ਚ ਇਜ਼ਾਫਾ ਕਰਨ ਵਾਸਤੇ ਬੜੀ ਆਊਟ ਕਲਾਸ ਚੀਜ਼ ਆ ਸਨ ਬਲਾਕ। ਸਨ ਬਲਾਕ ਨੂੰ ਜ਼ਿਆਦਾਤਰ ਇਸਤੇਮਾਲ ਕਿਸ ਵਜ੍ਹਾ ਤੋਂ ਕੀਤਾ ਜਾਂਦਾ, ਆਪਣੇ ਚਿਹਰੇ ਦੀ ਵਾਈਟਨਿੰਗ ਬ੍ਰਾਈਟਨਿੰਗ ਚ ਇਜ਼ਾਫਾ ਕਰਨ ਵਾਸਤੇ, ਡਾਰਕ ਸਪੋਟ ਡਾਰਕਨੈਸ ਨੂੰ ਰਿਮੂਵ ਕਰਨ ਵਾਸਤੇ ਇਸ ਸਨ ਬਲਾਕ ਨੂੰ ਇਸਤੇਮਾਲ ਕੀਤਾ ਜਾਂਦਾ। ਸਨ ਬਲਾਕ ਦਾ ਜ਼ਿਆਦਾਤਰ ਇਸਤੇਮਾਲ ਗਰਮੀਆਂ ਚ ਹੁੰਦਾ, ਉਹਦੀ ਵਜ੍ਹਾ ਇਹ ਸਨ ਬਲਾਕ ਜਿਸ ਤਰ੍ਹਾਂ ਕਿ ਨਾਮ ਤੋਂ ਹੀ ਵਾਜ਼ੇ ਹੋ ਰਿਹਾ, ਇਹਨੂੰ ਤੁਸੀਂ ਜਿਸ ਟਾਈਮ ਵੀ ਕੋਈ ਵੀ ਨਾਈਟ ਫਾਰਮੂਲਾ ਵਾਈਟਨਿੰਗ ਦਾ ਜਾਂ ਕੋਈ ਵੀ ਤੁਸੀਂ ਵਾਈਟਨਿੰਗ ਦਾ ਫਾਰਮੂਲਾ ਇਸਤੇਮਾਲ ਕਰਦੇ ਹੋ, ਬੇਸ਼ੱਕ ਉਹ ਮੈਡੀਕੇਟਿਡ ਆ ਜਾਂ ਤੁਸੀਂ ਹੋਮ ਮੇਡ ਤਿਆਰ ਕੀਤਾ, ਵਾਈਟਨਿੰਗ ਦੇ ਫਾਰਮੂਲੇ ਨੂੰ ਇਸਤੇਮਾਲ ਕਰਨ ਤੋਂ ਬਾਅਦ ਇਨਸਾਨੀ ਚਿਹਰਾ, ਜਿਲਦ, ਤੁਸੀਂ ਹੱਥਾਂ ਪੈਰਾਂ ਤੇ ਅਗਰ ਉਹਨੂੰ ਅਪਲਾਈ ਕਰਦੇ ਹੋ ਤੇ ਤੁਹਾਡਾ ਜਿਸਮ ਪਹਿਲੇ ਨਾਲੋਂ ਨਰਮੋ ਨਾਜ਼ਕ ਸਮੂਥ ਹੋ ਜਾਂਦਾ ਫਾਰਮੂਲਾ ਅਪਲਾਈ ਕਰਨ ਤੋਂ ਬਾਅਦ। ਫਿਰ ਜਿਸ ਟਾਈਮ ਤੁਸੀਂ ਦੁਪਹਿਰ ਟਾਈਮ ਧੁੱਪ 'ਚ ਜਾਂਦੇ ਹੋ, ਤੁਹਾਡੀ ਜਿਲਦ ਪਹਿਲੇ ਨਾਲੋਂ ਬਹੁਤ ਨਰਮੋ ਨਾਜ਼ਕ ਹੋਈ ਹੁੰਦੀ, ਸੂਰਜ ਦੀਆਂ ਛਾਵਾਂ ਦੀ ਵਜ੍ਹਾ ਤੋਂ ਤੁਹਾਡੀ ਜਿਲਦ ਉੱਤੇ ਇਨਫੈਕਸ਼ਨ ਹੋ ਜਾਂਦੀ, ਐਕਨੀ, ਪਿੰਪਲ, ਡਾਰਕ ਸਪੋਟ, ਆਈ ਡਾਰਕ ਸਰਕਲ, ਇਸ ਤਰ੍ਹਾਂ ਦੇ ਫਿਰ ਮਸਾਇਲ ਬਣ ਜਾਂਦੇ। ਇਹਦੇ ਵਿੱਚ ਜਿਹੜਾ ਨਾ ਤੁਸੀਂ ਅਗਰ ਕੋਈ ਵੀ ਵਾਈਟਨਿੰਗ ਦਾ ਫਾਰਮੂਲਾ ਇਸਤੇਮਾਲ ਕਰਦੇ ਹੋ, ਬੇਸ਼ੱਕ ਮੈਡੀਕੇਟਿਡ ਆ ਜਾਂ ਹੋਮ ਮੇਡ ਆ, ਤੁਸੀਂ ਧੁੱਪ ਤੇ ਜਿਸ ਟਾਈਮ ਜਾਣਾ ਕਰੋ, ਜਿਸ ਟਾਈਮ ਤੁਸੀਂ ਬਾਹਰ ਜਾਣਾ, ਤੁਸੀਂ ਸਨ ਬਲਾਕ ਦਾ ਇਸਤੇਮਾਲ ਕਰਨਾ ਜਿਸ ਤਰ੍ਹਾਂ ਅਸੀਂ ਆਪਣੇ ਫੇਸ ਤੇ ਹੱਥਾਂ ਪੈਰਾਂ ਤੇ ਲੋਸ਼ਨ ਨੂੰ ਅਪਲਾਈ ਕਰਦੇ। ਇਹ ਦੇ ਸਨ ਬਲਾਕ ਦੇ ਅਪਲਾਈ ਕਰਨ ਨਾਲ ਤੁਹਾਡੇ ਫੇਸ ਤੇ ਸੂਰਜ ਦੀਆਂ ਛਾਵਾਂ ਦਾ ਕੋਈ ਵੀ ਅਸਰ ਨਹੀਂ ਹੋਏਗਾ, ਸਭ ਤੋਂ ਮੇਨ ਫਾਇਦਾ ਇਹਦਾ ਹੈ। ਦੂਸਰੇ ਨੰਬਰ ਤੇ ਤੁਸੀਂ ਆਪਣੇ ਚਿਹਰੇ ਦੀ ਵਾਈਟਨਿੰਗ ਬ੍ਰਾਈਟਨਿੰਗ ਚ ਬੇਪਨਾਹ ਇਜ਼ਾਫਾ ਕਰ ਸਕਦੇ ਹੋ, ਇਹ ਸਨ ਬਲਾਕ ਨੂੰ ਤੁਸੀਂ ਆਪਣੇ ਫੇਸ ਦੀ ਵਾਈਟਨਿੰਗ ਬ੍ਰਾਈਟਨਿੰਗ ਚ ਇਜ਼ਾਫਾ ਕਰਨ ਵਾਸਤੇ ਇਸਤੇਮਾਲ ਕਰ ਸਕਦੇ ਹੋ। ਡਾਰਕ ਸਪੋਟ, ਜਿਸਮ ਦੀ ਮੈਲ ਕੁਚੈਲ, ਫੇਸ ਦੀ ਗੰਦਗੀ ਨੂੰ ਰਿਮੂਵ ਕਰਨ ਵਾਸਤੇ, ਕਾਲੇਪਨ ਨੂੰ ਦੂਰ ਕਰਨ ਵਾਸਤੇ ਇਹ ਸਨ ਬਲਾਕ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ। ਬੜੀ ਆਊਟ ਕਲਾਸ ਚੀਜ਼ ਦਾ ਰਿਵਾਜ ਯੂਕੇ ਦਾ ਸਨ ਬਲਾਕ ਪਾਕਿਸਤਾਨ ਵਿੱਚ ਤਕਰੀਬਨ ਸਭ ਤੋਂ ਪਹਿਲੇ ਟਾਪ ਤੇ ਸੇਲ ਹੋਣ ਵਾਲਾ ਸਨ ਬਲਾਕ ਆ। ਰਿਵਾਜ ਯੂਕੇ ਦਾ ਸਨ ਬਲਾਕ ਪਾਕਿਸਤਾਨੀ ਮਾਰਕੀਟ ਚ ਇਸ ਜਿਹੜਾ ਸਾਈਜ਼ ਦੀ ਕੀਮਤ ਹੈ 650 ਰੁਪਏ, ਇਸ ਤੋਂ ਜਿਹੜਾ ਛੋਟਾ ਸਾਈਜ਼ ਆ 100 ml ਵਾਲਾ ਉਹਦੀ ਕੀਮਤ ਹੈ 450 ਰੁਪਏ, ਕਿਸੇ ਵੀ ਅੱਛੇ ਕਾਸਮੈਟਿਕ ਸ਼ਾਪ ਤੋਂ ਆਸਾਨੀ ਨਾਲ ਤੁਹਾਨੂੰ ਮਿਲ ਜਾਏਗਾ। ਅਗਰ ਤੁਸੀਂ ਵਾਈਟਨਿੰਗ ਦਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਦੇ ਹੋ, ਤੁਹਾਡੇ ਵਾਸਤੇ ਸਨ ਬਲਾਕ ਬਹੁਤ ਹੀ ਜ਼ਰੂਰੀ ਚੀਜ਼ ਆ। ਦੋਸਤੋ, ਲੇਡੀਜ਼ ਜੈਂਟਸ ਦੋਨਾਂ ਵਾਸਤੇ ਬੜੀ ਮਫੀਦ ਚੀਜ਼ ਆ। ਮੈਂ ਉਮੀਦ ਕਰਨਾ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਏਗੀ। ਅਗਰ ਮੇਰੀ ਵੀਡੀਓ ਅੱਛੀ ਲੱਗੀ, ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦੇਣਾ। ਮਿਲਦੇ ਇਸ ਤੋਂ ਨੈਕਸਟ ਵੀਡੀਓ ਵਿੱਚ, ਆਪਣਾ ਖਿਆਲ ਰੱਖੀਏਗਾ। ਅੱਲਾ ਹਾਫਿਜ਼।